ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਨੂੰ ਫੋਨ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੀ ਫੀਸ ਜਾਂ ਫਿਰ ਜੁਰਮਾਨਾ ਜਮ੍ਹਾਂ ਕਰਵਾਉਣ ਦੀ ਮੰਗ ਕਰਦਾ ਹੈ ਤੇ ਖੁਦ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਦਾ ਹੈ ਤਾਂ ਉਹ ਸਕੈਮ ਹੈ, ਉਸ ਉੱਤੇ ਯਕੀਨ ਨਾ ਕੀਤਾ ਜਾਵੇ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਦਾ ਕੋਈ ਵੀ ਅਧਿਕਾਰੀ ਤੁਹਾਨੂੰ ਫੋਨ ਕਰਕੇ ਤੁਹਾਡੇ ਤੋਂ ਕੋਈ ਫੀਸ ਜਾਂ ਜੁਰਮਾਨਾ ਨਹੀਂ ਮੰਗੇਗਾ। ਇਸ ਦੌਰਾਨ ਜੋ ਫੋਨ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਜੋ ਡਿਪੋਰਟ ਕੀਤੇ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਹੋਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਜੇਕਰ ਉਸ ਫੀਸ ਨੂੰ ਅਦਾ ਨਾ ਕੀਤਾ ਗਿਆ ਤੇ ਇਸ ਦੌਰਾਨ ਡਰ ਦੇ ਮਾਰੇ ਕਈਆਂ ਵੱਲੋਂ ਉਸ ਵਿਅਕਤੀ ਨੂੰ ਜੋ ਕਿ ਫੋਨ ਤੇ ਹੋਵੇ ਆਪਣੀ ਬੈਂਕ ਖਾਤੇ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤਾਂ ਕਿ ਫੀਸ ਭਰੀ ਜਾ ਸਕੇ, ਪਰ ਉਹਨਾਂ ਦੇ ਨਾਲ ਸਕੈਮ ਹੋ ਜਾਂਦਾ ਹੈ। ਅਜਿਹੇ ਸਕੈਮ ਤੋਂ ਬਚਣ ਵਾਸਤੇ ਇੱਕ ਦੂਜੇ ਨੂੰ ਸਾਵਧਾਨ ਕੀਤਾ ਜਾਵੇ। ਇਮੀਗ੍ਰੇਸ਼ਨ ਵਿਭਾਗ ਹੀ ਨਹੀਂ ਸਗੋਂ ਕੈਨੇਡਾ ਭਰ ਵਿੱਚ ਕੋਈ ਵੀ ਅਦਾਰਾ ਹੋਵੇ, ਉੱਥੇ ਤੋਂ ਕੋਈ ਵੀ ਅਧਿਕਾਰੀ, ਫਿਰ ਬੇਸ਼ੱਕ ਕੋਈ ਪੁਲਿਸ ਵਾਲਾ ਹੀ ਕਿਉਂ ਨਾ ਹੋਵੇ, ਤੁਹਾਨੂੰ ਫੋਨ ਕਰਕੇ ਫੀਸ ਨਹੀਂ ਮੰਗੇਗਾ। ਜਿਸ ਦੇ ਬਾਰੇ ਅਧਿਕਾਰੀਆਂ ਵੱਲੋਂ ਕੈਨੇਡਾ ਭਰ ਵਿੱਚ ਬਾਰ ਬਾਰ ਚੇਤਾਵਨੀ ਦਿੱਤੀ ਜਾਂਦੀ ਹੈ, ਪਰ ਫਿਰ ਵੀ ਵੱਡੀ ਗਿਣਤੀ ਵਿੱਚ ਲੋਕ ਅਜਿਹੇ ਫਰਾਡ ਦੇ ਸ਼ਿਕਾਰ ਹੋ ਜਾਂਦੇ ਨੇ, ਜਿਸ ਕਰਕੇ ਉਹਨਾਂ ਵੱਲੋਂ ਅਜਿਹੀ ਜਾਣਕਾਰੀ ਨੂੰ ਬਾਰ ਬਾਰ ਸਾਂਝਾ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਅਜਿਹੇ ਫਰਾਡ ਦਾ ਸ਼ਿਕਾਰ ਨਾ ਹੋਵੇ, ਪਹਿਲਾਂ ਤੋਂ ਸਾਵਧਾਨ ਰਿਹਾ ਜਾਵੇ। ਟੋਰਾਂਟੋ ਪੁਲਿਸ ਨੇ ਇਹਨਾਂ ਦੋ ਜਣਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਇਹਨਾਂ ਨੂੰ ਲੱਭਣ ਵਾਸਤੇ ਸਹਿਯੋਗ ਮੰਗਿਆ, ਜਿਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਦਾ ਧਿਆਨ ਭਟਕਾ ਕੇ ਉਹਨਾਂ ਨੂੰ ਲੁੱਟਣ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਮਾਮਲੇ ਵਿੱਚ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋ ਮਾਮਲੇ ਹੁਣ ਤੱਕ ਰਿਪੋਰਟ ਹੋਏ ਨੇ, ਜਿਸ ਵਿੱਚ ਇੱਕ ਅਜਿਹਾ ਸੀ ਜੋ ਕਿ ਸੀਸੀਟੀਵੀ ਕੈਮਰੇ ਦੇ ਉੱਤੇ ਆ ਗਿਆ, ਜਿਸ ਤੋਂ ਬਾਅਦ ਇਹਨਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ। ਪੁਲਿਸ ਵਾਲਿਆਂ ਨੇ ਕਿਹਾ ਕਿ ਸ਼ਨੀਵਾਰ ਨੂੰ 20 ਜੁਲਾਈ ਨੂੰ ਦੁਪਹਿਰ ਦੇ 1:30 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਇੱਕ ਬਜ਼ੁਰਗ ਪੀੜਤ ਜੋ ਕਿ ਆਪਣੇ ਡਰਾਈਵੇ ਤੇ ਸੀ, ਯੰਗ ਸਟਰੀਟ ਤੇ ਸ਼ੈਫਰਡ ਐਵੇਨਿਊ ਖੇਤਰ ਵਿੱਚ, ਉੱਥੇ ਇਹ ਪੁਰਸ਼ ਤੇ ਔਰਤ ਪਹੁੰਚਦੇ ਨੇ ਜਿੱਥੇ ਕਿ ਉਸਦੇ ਨਾਲ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਪੀੜਤ ਵੱਲੋਂ ਰਾਤ ਬਾਰੇ ਦੱਸਿਆ ਜਾ ਰਿਹਾ ਸੀ ਤਾਂ ਔਰਤ ਨੇ ਕੋਸ਼ਿਸ਼ ਕੀਤੀ ਕਿ ਉਸਦੀਆਂ ਕੁਝ ਚੀਜ਼ਾਂ ਨੂੰ ਚੋਰੀ ਕਰ ਲਿਆ ਜਾਵੇ ਉਸਦੀਆਂ ਜੇਬਾਂ ਵਿੱਚੋਂ, ਤੇ ਜਦੋਂ ਕਾਮਯਾਬ ਨਾ ਹੋ ਸਕੇ ਤਾਂ ਉਹ ਅੱਗੇ ਇੱਕ ਹੋਰ ਬਜ਼ੁਰਗ ਦੇ ਕੋਲ ਚਲੇ ਗਏ। ਪੁਲਿਸ ਨੇ ਕਿਹਾ ਕਿ ਇਹ 35 ਤੋਂ 43 ਸਾਲ ਦੀ ਉਮਰ ਦੇ ਦਰਮਿਆਨ ਦਾ ਪੁਰਸ਼ ਹੈ, ਜਿਸ ਦੀ ਕਿ 5 ਫੁੱਟ 9 ਇੰਚ ਤੋਂ ਲੈ ਕੇ 5 ਫੁੱਟ 10 ਇੰਚ ਦੇ ਨੇੜੇ ਕੱਦ ਹੈ, ਕਾਲੇ ਵਾਲ ਨੇ, ਦਾੜੀ ਵੀ ਹੈ ਤੇ ਉਸਦੇ ਬਾਹਾਂ ਤੇ ਟੈਟੂ ਵੀ ਬਣੇ ਹੋਏ ਨੇ, ਜਿਸਨੇ ਕਿ ਉਸ ਸਮੇਂ ਸਫੇਦ ਟੀ ਸ਼ਰਟ ਤੇ ਪੈਂਟ ਪਾਈ ਹੋਈ ਸੀ। ਜੋ ਔਰਤ ਹੈ ਉਸਦੀ ਉਮਰ 30 ਸਾਲ ਦੇ ਨੇੜੇ ਦੱਸੀ ਜਾ ਰਹੀ ਹੈ, ਜਿਸਨੇ ਕਿ ਫੁੱਲਾਂ ਵਾਲਾ ਗਾਊਨ ਪਾਇਆ ਹੋਇਆ ਸੀ ਤੇ ਉਸਦੀ ਬਾਂਹ ਉੱਤੇ ਵੀ ਟੈਟੂ ਨੇ। ਟੋਰਾਂਟੋ ਪੁਲਿਸ ਨੇ ਕਿਹਾ ਕਿ ਜਿਨ੍ਹਾਂ ਨੂੰ ਕੋਈ ਵੀ ਪਛਾਣਦਾ ਹੋਵੇ ਤਾਂ 416-808-3200 ਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕੈਨੇਡਾ ਵਿੱਚ ਇਸ ਸਮੇਂ ਇੱਕ ਹਿਟਮੈਨ ਸਕੈਮ ਚੱਲ ਰਿਹਾ ਹੈ, ਜਿਸ ਨੂੰ ਕਿ ਅਸੈਸਿਨ ਸਕੈਮ ਵੀ ਕਿਹਾ ਜਾ ਰਿਹਾ ਹੈ, ਜਿਸ ਦੇ ਵਿੱਚ ਵਿਅਕਤੀ ਨੂੰ ਫੋਨ ਕਰਕੇ ਧਮਕਾਇਆ ਜਾਂਦਾ ਹੈ ਕਿ ਉਸ ਨੂੰ ਕਤਲ ਕੀਤੇ ਜਾਣ ਵਾਸਤੇ ਸੁਪਾਰੀ ਦਿੱਤੀ ਗਈ ਹੈ ਤੇ ਜੇਕਰ ਉਸਨੇ ਇੱਕ ਵੱਡੀ ਰਕਮ ਕ੍ਰਿਪਟੋ ਕਰੰਸੀ ਦੇ ਰਾਹੀਂ ਜਮ੍ਹਾਂ ਨਾ ਕਰਵਾਈ ਤਾਂ ਉਸ ਸੁਪਾਰੀ ਨੂੰ ਪੂਰਾ ਕਰ ਦੇਵੇਗਾ ਕਿ ਉਸਨੂੰ ਕਤਲ ਕਰ ਦੇਵੇਗਾ। ਇਸ ਦੌਰਾਨ ਇਹ ਵੀ ਧਮਕਾਇਆ ਜਾਂਦਾ ਹੈ ਕਿ ਉਸ ਵਿਅਕਤੀ ਨੇ ਆਪਣੇ ਕਿਸੇ ਨੂੰ ਧੋਖਾ ਦਿੱਤਾ ਹੈ ਤੇ ਉਸਦਾ ਬਦਲਾ ਲੈਣ ਵਾਸਤੇ ਉਸਦੀ ਸੁਪਾਰੀ ਦਿੱਤੀ ਗਈ ਹੈ ਤੇ ਜਿਸ ਵਾਸਤੇ ਜੋ ਫੋਨ ਕਰ ਰਿਹਾ ਹੁੰਦਾ ਹੈ ਉਸਨੇ ਉਹ ਸੁਪਾਰੀ ਲਈ ਹੈ। ਪ੍ਰਿੰਸ ਜਾਰਜ ਤੋਂ ਵੀ ਹੁਣ ਤੱਕ ਇੱਕ ਮਾਮਲਾ ਸਾਹਮਣੇ ਆ ਚੁੱਕਿਆ ਹੈ, ਜਿਸ ਦੇ ਬਾਰੇ ਪੁਲਿਸ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਕਿ ਇਹ ਸਕੈਮ ਹੈ। ਇਸ ਵਿੱਚ ਪੁਲਿਸ ਵਾਲਿਆਂ ਨੇ ਖਾਸ ਤੌਰ ਤੇ ਕਿਹਾ ਕਿ ਜੋ ਸਕੈਮ ਕਰਨ ਵਾਲੇ ਨੇ, ਅਜਿਹੀਆਂ ਧਮਕੀਆਂ ਦੇਣ ਵਾਲੇ ਨੇ, ਉਹ ਤੁਹਾਨੂੰ ਤੁਹਾਡੇ ਬਾਰੇ ਹੀ ਕਾਫੀ ਜਾਣਕਾਰੀ ਦੱਸ ਦਿੰਦੇ ਨੇ ਤਾਂ ਕਿ ਤੁਹਾਨੂੰ ਯਕੀਨ ਹੋ ਜਾਵੇ ਕਿ ਕਿਸੇ ਨੇ ਤੁਹਾਡੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਪਰ ਅਜਿਹੀ ਜਾਣਕਾਰੀ ਆਨਲਾਈਨ ਉਹਨਾਂ ਦੇ ਵੱਲੋਂ ਇਕੱਠੀ ਕੀਤੀ ਜਾਂਦੀ ਹੈ, ਜਿਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਅਜਿਹੀਆਂ ਧਮਕੀਆਂ ਦੇਣ ਵਾਸਤੇ। ਲੋਕਾਂ ਨੂੰ ਧਮਕਾਉਣ ਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਵਿੱਚ ਟੈਕਸਟ ਜਾਂ ਫਿਰ ਈਮੇਲ ਦੇ ਰਾਹੀਂ ਧਮਕੀਆਂ ਭਰੇ ਸੰਦੇਸ਼ ਭੇਜੇ ਜਾ ਰਹੇ ਨੇ ਜਿਨ੍ਹਾਂ ਉੱਤੇ ਯਕੀਨ ਨਾ ਕੀਤਾ ਜਾਵੇ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਇਹ ਇੱਕ ਫਰਾਡ ਹੈ ਜਿਸ ਦੀ ਕਿ ਪੁਲਿਸ ਨੂੰ ਰਿਪੋਰਟ ਕੀਤੀ ਜਾ ਸਕਦੀ ਹੈ, ਕਿਸੇ ਦੇ ਝਾਂਸੇ ਵਿੱਚ ਨਾ ਆਇਆ ਜਾਵੇ। ਜੇਕਰ ਤੁਹਾਨੂੰ ਟੈਕਸਟ ਮੈਸੇਜ ਕਰਕੇ ਕੋਈ ਅਜਿਹੀ
ਰਕਮ ਦੀ ਮੰਗ ਕਰਦਾ ਹੈ ਜਾਂ ਅਜਿਹੀਆਂ ਧਮਕੀਆਂ ਦਿੰਦਾ ਹੈ ਤਾਂ ਉਸ ਉੱਤੇ ਯਕੀਨ ਨਾ ਕੀਤਾ ਜਾਵੇ। ਓਂਟੇਰੀਓ ਸਰਕਾਰ ਨੇ ਫੈਸਲਾ ਕੀਤਾ ਕਿ ਨਵੇਂ 5 ਪੁਲਿਸ ਹੈਲੀਕਾਪਟਰ ਖਰੀਦੇ ਜਾਣਗੇ ਜਿਨ੍ਹਾਂ ਦੀ ਕੀਮਤ ਕਰੀਬ $100 million ਤੋਂ ਵੀ ਪਾਰ ਹੋ ਜਾਵੇਗੀ। ਪਰ ਇਸ ਦੌਰਾਨ ਓਂਟੇਰੀਓ ਦੇ ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਹੈਲੀਕਾਪਟਰਸ ਨੂੰ ਲੀਜ਼ ਨਹੀਂ ਕੀਤਾ ਜਾਵੇਗਾ, ਸਗੋਂ ਪੁਲਿਸ ਦੇ ਵਾਸਤੇ 5 ਹੈਲੀਕਾਪਟਰ ਖਰੀਦੇ ਜਾਣਗੇ ਜਿਨ੍ਹਾਂ ਦੇ ਨਾਲ ਭਾਈਚਾਰੇ ਵਿੱਚ ਸੁਰੱਖਿਆ ਦੇ ਵਿੱਚ ਵਾਧਾ ਕਰਨ ਵਾਸਤੇ ਮਦਦ ਮਿਲੇਗੀ, ਜਿਸ ਵਿੱਚ ਖਾਸ ਤੌਰ ਤੇ ਜੋ ਗੱਡੀਆਂ ਚੋਰੀ ਕਰਨ ਵਾਲੇ ਨੇ ਉਹਨਾਂ ਦਾ ਪਿੱਛਾ ਹੈਲੀਕਾਪਟਰ ਦੇ ਨਾਲ ਕਰਨ ਵਾਸਤੇ ਤੇ ਨਾਲ ਹੀ ਉਹਨਾਂ ਦੇ ਬਾਰੇ ਹੈਲੀਕਾਪਟਰ ਦੀ ਮਦਦ ਦੇ ਨਾਲ ਹੋਰ ਜਾਣਕਾਰੀ ਲੈਣ ਵਾਸਤੇ ਪੁਲਿਸ ਨੂੰ ਹੋਰ ਜ਼ਿਆਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੋ ਹਾਈਵੇਜ਼ ਦੇ ਉੱਤੇ ਤੇ ਹੋਰ ਸੜਕਾਂ ਤੇ ਹਿੰਸਕ ਕਾਰਜੈਕਿੰਗਸ ਹੁੰਦੀਆਂ ਨੇ, ਖਾਸ ਤੌਰ ਤੇ ਨਾ ਸਿਰਫ ਹਿੰਸਕ ਕਾਰਜੈਕਿੰਗਸ ਸਗੋਂ ਜੋ ਗੱਡੀਆਂ ਚੋਰੀ ਕਰਦੇ ਨੇ ਤੇ ਨਾਲ ਹੀ ਜੋ ਗੱਡੀਆਂ ਦੀ ਰੇਸ ਲਾਉਂਦੇ ਨੇ ਸੜਕਾਂ ਉੱਤੇ ਤੇ ਜੋ ਡਰਾਈਵਰ ਖਰਾਬ ਤਰੀਕੇ ਨਾਲ ਗੱਡੀ ਚਲਾਉਂਦੇ ਨੇ ਨਸ਼ਾ ਕਰਕੇ, ਉਹਨਾਂ ਨੂੰ ਕਾਬੂ ਕੀਤੇ ਜਾਣ ਵਾਸਤੇ ਹੈਲੀਕਾਪਟਰਸ ਦੇ ਨਾਲ ਹੋਰ ਜ਼ਿਆਦਾ ਮਦਦ ਹੋਵੇਗੀ। ਸੂਬੇ ਨੇ ਪਹਿਲਾਂ ਮਾਰਚ ਮਹੀਨੇ ਕਿਹਾ ਸੀ ਕਿ ਉਹ 4 ਪੁਲਿਸ ਹੈਲੀਕਾਪਟਰ ਲੀਜ਼ ਕਰਨਗੇ ਟੋਰਾਂਟੋ ਖੇਤਰ ਵਾਸਤੇ, ਜਿਸ ਵਾਸਤੇ ਕਰੀਬ $36 million ਦਾ ਖਰਚਾ ਆਵੇਗਾ ਤੇ $10 million ਤੱਕ ਦਾ ਖਰਚਾ ਉਹਨਾਂ ਨੂੰ ਚਲਾਉਣ ਵਾਸਤੇ ਆਵੇਗਾ। ਪਰ ਹੁਣ ਫੈਸਲਾ ਲਿਆ ਗਿਆ ਕਿ ਪੁਲਿਸ ਵਾਸਤੇ ਇਹਨਾਂ ਹੈਲੀਕਾਪਟਰਸ ਨੂੰ ਖਰੀਦ ਹੀ ਲਿਆ ਜਾਵੇਗਾ। ਓਂਟੇਰੀਓ ਸੂਬੇ ਵਿੱਚ ਹਰ 14 ਮਿੰਟ ਬਾਅਦ ਇੱਕ ਗੱਡੀ ਚੋਰੀ ਹੋ ਜਾਂਦੀ ਹੈ। ਪੂਰੇ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਗੱਡੀਆਂ ਓਂਟੇਰੀਓ ਵਿੱਚ ਚੋਰੀ ਹੋ ਰਹੀਆਂ ਨੇ, ਜਿਸ ਬਾਰੇ ਓਂਟੇਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਕਿ ਇਸ ਨੂੰ ਕਬੂਲਿਆ ਨਹੀਂ ਜਾ ਸਕਦਾ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਸੰਬੰਧੀ ਹੀ ਵੱਖੋ ਵੱਖ ਫੈਸਲੇ ਲਏ ਜਾ ਰਹੇ ਨੇ ਤੇ ਅਜਿਹੇ ਕਦਮ ਚੁੱਕੇ ਜਾ ਰਹੇ ਨੇ। As part of this investment in new joint air support unit, the OPP will acquire 2 new H-135 helicopters to provide support to Ottawa and the Toronto Police Services. In addition, 3 helicopters will be purchased, owned and operated by Durham, Halton, Peel Regional Police Services to support current patrols and improve response times. Friends, this new fleet of helicopters will be a massive boost for community safety. They'll help keep our highways and roadways safe from violent carjacking, auto thefts, street racing, and impaired drivers. They'll allow for faster and safer pursuits of stolen vehicles and help police locate and catch high-risk suspects. ਐਡਮੰਟਨ ਵਿੱਚ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ 6 ਜਣੇ ਹੋਰ ਗ੍ਰਿਫਤਾਰ ਕਰ ਲਏ ਗਏ ਨੇ ਜੋ ਪੰਜਾਬੀ ਵਪਾਰੀਆਂ ਨੂੰ ਧਮਕੀਆਂ ਦੇਣ ਤੇ ਉਹਨਾਂ ਤੋਂ ਰਕਮ ਮੰਗਣ ਦੇ ਮਾਮਲੇ ਹੁਣ ਤੱਕ ਸਾਹਮਣੇ ਆ ਰਹੇ ਸਨ ਉਹਨਾਂ ਦੀ ਜਾਂਚ ਵਿੱਚ, ਤੇ ਨਾਲ ਹੀ ਇੱਕ ਮਨਿੰਦਰ ਸਿੰਘ ਧਾਲੀਵਾਲ ਨਾਮਕ ਇਹ ਵਿਅਕਤੀ, ਜਿਸ ਨੂੰ ਕਿ ਕੈਨੇਡਾ ਭਰ ਵਿੱਚ ਵਾਂਟਡ ਕਰਾਰ ਦੇ ਦਿੱਤਾ ਗਿਆ ਹੈ, 34 ਇਸ ਦੀ ਉਮਰ ਹੈ, ਜਿਸ ਨੂੰ ਕਿ ਲੀਡਰ ਵੀ ਦੱਸਿਆ ਜਾ ਰਿਹਾ ਹੈ ਉਹਨਾਂ ਦਾ, ਜੋ ਲਗਾਤਾਰ ਧਮਕੀਆਂ ਦੇ ਰਹੇ ਸਨ ਤੇ ਨਾਲ ਹੀ ਪੰਜਾਬੀ ਵਪਾਰੀਆਂ ਤੋਂ ਰਕਮ ਦੀ ਮੰਗ ਕਰ ਰਹੇ ਸਨ ਤੇ ਨਾਲ ਹੀ ਧਮਕੀਆਂ ਦਿੰਦੇ ਸੀ ਕਿ ਜੇਕਰ ਰਕਮ ਨਾ ਅਦਾ ਕੀਤੀ ਗਈ ਤਾਂ ਉਹਨਾਂ ਦਾ ਨੁਕਸਾਨ ਕੀਤਾ ਜਾਵੇਗਾ। ਇਸੇ ਨਾਲ ਜੁੜੇ ਅੱਗ ਲਾਉਣ ਦੇ ਮਾਮਲੇ ਵੀ ਸਾਹਮਣੇ ਆਏ ਸੀ, ਗੋਲੀਆਂ ਚੱਲਣ ਦੇ ਮਾਮਲੇ ਵੀ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਐਡਮੰਟਨ ਵਿੱਚ ਪੁਲਿਸ ਅਧਿਕਾਰੀਆਂ ਨੇ ਪ੍ਰੋਜੈਕਟ ਗੈਸਲਾਈਟ ਨਾਮ ਦੇ ਨਾਲ ਇੱਕ ਜਾਂਚ ਸ਼ੁਰੂ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ 6 ਹੋਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐਕਸਟੋਰਸ਼ਨਸ ਦੇ ਮਾਮਲਿਆਂ ਵਿੱਚ, ਜਿਨ੍ਹਾਂ ਕਿਹਾ ਕਿ ਧਾਲੀਵਾਲ ਦੇ ਖਿਲਾਫ 54 ਕੇਸ ਦਰਜ ਕਰ ਦਿੱਤੇ ਗਏ ਨੇ ਤੇ ਹੋਰ 6 ਜਣਿਆਂ ਦੇ ਖਿਲਾਫ ਵੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਇਹ ਵੀ ਕਿਹਾ ਕਿ ਸਾਊਥ ਏਸ਼ੀਅਨ ਭਾਈਚਾਰਾ ਹੈ ਜੋ ਉਹ ਆਪਣੇ ਬੱਚਿਆਂ ਦੇ ਨਾਲ ਵੀ ਇਸ ਸੰਬੰਧੀ ਗੱਲ ਕਰੇ, ਕਿਉਂਕਿ ਉਹਨਾਂ ਕਿਹਾ ਕਿ ਜਿਨ੍ਹਾਂ ਦੀ ਗ੍ਰਿਫਤਾਰੀ ਵੀਰਵਾਰ ਨੂੰ ਹੋਈ ਹੈ ਉਹਨਾਂ ਦੀ ਉਮਰ 17 ਸਾਲ ਤੋਂ 21 ਸਾਲ ਦੇ ਦਰਮਿਆਨ ਹੈ, ਜਿਨ੍ਹਾਂ ਨੂੰ ਕ੍ਰਾਈਮ ਕਰਨ ਵਾਸਤੇ ਕੰਮ ਦੇ ਉੱਤੇ ਰੱਖਿਆ ਗਿਆ ਸੀ, ਯਾਨੀ ਕਿ ਘੱਟ ਉਮਰ ਦੇ ਨੌਜਵਾਨਾਂ ਨੂੰ
ਪੈਸੇ ਦਾ ਲਾਲਚ ਦੇ ਕੇ ਅਜਿਹੇ ਕ੍ਰਾਈਮ ਕਰਵਾਉਣ ਵਾਸਤੇ ਉਕਸਾਇਆ ਜਾ ਰਿਹਾ ਹੈ, ਜਿਸ ਵਾਸਤੇ ਮਾਪਿਆਂ ਨੂੰ ਕਿਹਾ ਜਾ ਰਿਹਾ ਹੈ ਪੁਲਿਸ ਵੱਲੋਂ ਕਿ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿ ਉਹ ਅਜਿਹੇ ਕਿਸੇ ਕੰਮ ਦੇ ਵਿੱਚ ਫਸ ਤਾਂ ਨਹੀਂ ਗਏ, ਛੋਟੀ ਉਮਰ ਦੇ ਨੌਜਵਾਨਾਂ ਤੋਂ ਅਜਿਹੇ ਕੰਮ ਕਰਵਾਏ ਜਾ ਰਹੇ ਨੇ। They were also allegedly being paid to conduct these crimes. We have also issued Canada-wide warrants for 34-year-old Maninder Dhaliwal, who is believed to be the leader of the group, and he's the individual pictured to my right. Between the seven of them, the accused are facing a total of 54 charges. Investigators believe Dhaliwal has been orchestrating the extortions from overseas, and the EPS is working with our federal and international counterparts, including the Drug Enforcement Administration, to locate him. Our investigation has not been limited by boundaries or borders, and we are grateful for the local RCMP assistance, the assistance of the RCMP National Coordination and Support Team, and the DEA's involvement. We appreciate them coming to Edmonton to support us in this investigation. Although we've had great progress with the arrests from yesterday, as you know, we were alerted to an early morning apartment fire in the Cavanaugh neighborhood, which we now believe is connected to this extortion series. While our investigation is still fresh in its early stages, there isn't much detail I can provide beyond the fact that we are investigating it at this time.